ਸਾਡੇ ਨਾਲ ਤਾਂ ਗੋਰੇ ਚੰਗੇ ਆ, ਸਾਡੇ ਵੱਡ ਵਡੇਰੇ ਚੰਗੇ ਸੀਗੇ। ਜਦੋਂ ਸਾਡਾ ਕੋਈ ਦਾਦਾ ਮਰਿਆ ਹੁੰਦਾ ਸੀਗਾ ਜਾਂ ਕੋਈ ਸਾਡੀ ਮਤਲਬ ਵੱਡ ਵਡੇਰਾ ਮਰਿਆ ਹੁੰਦਾ ਸੀ ਨਾ, ਤੇ ਦੀਵਾਲੀ ਤੋਂ ਪਹਿਲਾਂ ਦੀਵਾਲੀ ਵਾਲੇ ਦਿਨ ਜਾਂ ਖੁਸ਼ੀ ਦੇ ਮੌਕੇ ਤੇ ਸਾਨੂੰ ਭੇਜ ਦਿੰਦੇ ਸੀ ਜਾ ਕੇ ਦੀਵਾ ਬਾਲ ਕੇ ਆਓ ਸੇਵਿਆਂ। ਅੱਜ ਉਹ ਵੀ ਜ਼ਮਾਨਾ ਖਤਮ ਹੋ ਗਿਆ। ਇੱਥੇ ਸੇਵਿਆਂ ਦੇ ਵਿੱਚ ਆ ਹੁਣ ਦਿਨ ਤਿਉਹਾਰ ਆਉਂਦੇ ਆ ਨਾ, ਜਾਂ ਉਹਨਾਂ ਦਾ ਜਨਮ ਦਿਨ ਹੁੰਦਾ ਤਰੁਣ ਕੇ ਪ੍ਰਾਣੀ ਦਾ, ਤੇ ਫੁੱਲਾਂ ਦੇ ਗੁਲਦਸਤੇ ਪਏ ਹੁੰਦੇ ਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ, ਠੀਕ ਠਾਕ ਹੋ? ਤੁਸੀਂ ਕਹਿ ਰਹੇ ਹੋ ਕਿੱਦੂ ਨਾ ਖੁੱਲਣੇ ਪੈ ਵੀ ਖੋਲਣੇ ਪੈਂਦੇ, ਮਜਬੂਰੀ ਬਸ ਖੋਲਣੇ ਪੈਂਦੇ ਤੇ ਖੋਲਣੇ ਚਾਹੀਦੇ ਵੀ ਪਤਾ। ਕਹਿੰਦੇ ਨਾ ਕਿ ਇੱਕ ਕਹਿੰਦੇ ਆ ਵੀ ਜੇ ਉਂਗਲ ਸਿੱਧੀ ਨਾ ਘਿਓ ਨਾ ਨਿਕਲੇ ਟੇਢੀ ਕਰ ਲੈਣੀ ਚਾਹੀਦੀ, ਸਾਡੀਆਂ ਕਹਾਵਤਾਂ। ਘਿਓ ਨਿਕਲਦਾ ਚੜੀ ਉਂਗਲ ਨਾਲ ਜੀ ਨਿਕਲਦੇ ਨਹੀਂ। ਆਪਾਂ ਬਥੇਰੇ ਹੱਥ ਉੱਤੇ ਜੁੱਤੇ ਬੇਨਤੀਆਂ ਕੀਤੀਆਂ, ਚਲੋ ਕੋਈ ਨੀ ਹੁਣ ਠੀਕ ਆ, ਕੋਈ ਗੱਲ ਨੀ, ਭੱਜਦਿਆਂ ਨੂੰ ਵਾਹਣ ਇੱਕੋ ਜੇ ਤੁਸੀਂ ਕਰ ਸਕਦੇ ਹੋ ਕੋਈ। ਅੱਛਾ, ਬੰਦੇ ਦੇ ਦਿਮਾਗ ਦੇ ਵਿੱਚ ਇਹ ਬੜਾ ਵਹਿਮ ਆ ਕਿ ਮੈਂ ਕਰ ਸਕਦਾ, ਕੋਈ ਹੋਰ ਨੀ ਕਰ ਸਕਦਾ। ਉਹ ਬੰਦਿਆ ਯਾਰ, ਜਿਸ ਮਤਲਬ ਜਿਸ ਮਾਧਿਅਮ ਦੇ ਰਾਹੀਂ ਤੂੰ ਇਸ ਸੰਸਾਰ 'ਤੇ ਆਇਆ, ਉਸੇ ਮਾਧਿਅਮ ਦੇ ਰਾਹੀਂ ਹੋਰ ਕੋ ਆਇਆ। ਜਿੱਦਾਂ ਤੀ ਕੰਨ 'ਚ ਤੇਰੇ 'ਚ ਫੂਕ ਮਾਰੀ ਰੱਬ ਨੇ, ਦੂਜੇ 'ਚ ਵੀ ਉਹੋ ਜਿਹੀ ਮਾਰੀ। ਕਿਉਂ ਹੋਮੇ ਹੰਕਾਰ? ਪਤਾ ਕੋਈ ਨਹੀਂ ਕੱਲ੍ਹ ਦਾ ਕਿਹੜੇ ਵੇਲੇ ਖਬਰ ਆ ਜਾਣੀ, ਚਾਵਲਾ ਇਜ਼ ਨੋ ਮੋਰ। ਦੋ ਕੱਥਰੂ ਦੋ ਤਿੰਨ ਭਗਾਉਣੇ ਬੰਦਿਆਂ ਨੇ, ਜਿੱਦਾਂ ਬੜਨ ਦੱਬਿਆ ਗਿਆ, ਤੂੰ ਕੌਣ ਮੈਂ ਕੌਣ, ਸਾਲ ਪਿੱਛੋਂ ਕੋਈ ਯਾਦ ਕਰ ਲਓ ਤਾਂ ਚੰਗਾ। ਸਾਡੇ ਨਾਲ ਤਾਂ ਗੋਰੇ ਚੰਗੇ ਆ, ਸਾਡੇ ਵੱਡ ਵਡੇਰੇ ਚੰਗੇ ਸੀਗੇ। ਜਦੋਂ ਸਾਡਾ ਕੋਈ ਦਾਦਾ ਮਰਿਆ ਹੁੰਦਾ ਸੀਗਾ ਜਾਂ ਕੋਈ ਸਾਡੀ ਮਤਲਬ ਵੱਡ ਵਡੇਰਾ ਮਰਿਆ ਹੁੰਦਾ ਸੀ ਨਾ, ਤੇ ਦੀਵਾਲੀ ਤੋਂ ਪਹਿਲਾਂ ਦੀਵਾਲੀ ਵਾਲੇ ਦਿਨ ਜਾਂ ਕੋਈ ਖੁਸ਼ੀ ਦੇ ਮੌਕੇ ਤੇ ਸਾਨੂੰ ਭੇਜ ਦਿੰਦੇ ਸੀ ਜਾ ਕੇ ਦੀਵਾ ਬਾਲ ਕੇ ਆਓ ਸੇਵਿਆਂ 'ਚ। ਅੱਜ ਉਹ ਵੀ ਜ਼ਮਾਨਾ ਖਤਮ ਹੋ ਗਿਆ। ਇੱਥੇ ਸਿਵਿਆਂ ਦੇ ਵਿੱਚ ਆ ਹੁਣ ਦਿਨ ਤਿਉਹਾਰ ਆਉਂਦੇ ਆ ਨਾ, ਜਾਂ ਉਹਨਾਂ ਦਾ ਜਨਮ ਦਿਨ ਹੁੰਦਾ ਤਰੁਣ ਗਏ ਪ੍ਰਾਣੀ ਦਾ, ਤੇ ਫੁੱਲਾਂ ਦੇ ਗੁਲਦਸਤੇ ਪਏ ਹੁੰਦੇ ਆ। ਸਾਡੇ ਤਾਂ ਪੌਪੀ ਸੀਡ ਜਿਹੜੀ ਆ, ਜਿਹਨੂੰ ਆਪਾਂ ਜਿੱਥੋਂ ਕੱਢਦੇ ਆ, ਉਹ ਕੀ ਕਹਿੰਦੇ ਉਹ ਭੁੱਗੀ, ਗੋਰੇ ਗੋਰੀਆਂ ਆਪਣੇ ਅਜੀਜ਼ ਨੂੰ, ਮਿੱਤਰ ਪਿਆਰੇ ਨੂੰ ਉਹ ਪੌਪੀ ਸੀਡ ਦੇ ਫਲਾਵਰ ਚਾੜ ਕੇ ਆਉਂਦੇ ਹੁੰਦੇ ਸੀਗੇ। ਅਤੇ ਅਸੀਂ ਇੰਨੇ ਚਲਾਕ ਅਤੇ ਸ਼ਾਰਪ ਹਾਂ, ਹੁਣ ਪੀਣ ਖਾਣ ਵਾਲੇ ਗੁੱਸਾ ਕਰਨਗੇ, ਅਸੀਂ ਉਹ ਚੁੱਕ ਕੇ ਪੀ ਕੇ ਅਤੇ ਉਹਨੂੰ ਚਾਹ 'ਚ ਬਣਾ ਕੇ ਪੀਣਾ ਸ਼ੁਰੂ ਕਰਤਾ ਮੜੀਆਂ ਦੇ ਵਿੱਚੋਂ, ਗੋਰਿਆਂ ਦੇ ਸਿਵਿਆਂ 'ਚੋਂ ਪੌਪੀ ਫਲਾਵਰ। ਹੈਂ, ਇਹ ਤਾਂ ਡੋਡੇ ਆ, ਇੱਦਾਂ ਦੇ ਗਏ ਗੁਜਰਿਆਂ 'ਚੋਂ ਵੀ ਅਸੀਂ ਹੈਗੇ ਹਾਂ। ਵਾਈਸ ਆਫ ਸਿਟੀ 1320 ਇੰਨੇ ਅਸੀਂ ਇੱਦਾਂ ਦਾ ਇਨਸਾਨ। ਅੱਛਾ, ਕਰੋਨਾ ਦੇ ਸਿੱਕੇਬੰਦ ਇਲਾਜ ਦੇ ਲਈ ਜਿਹੜੀ ਸਾਧਵੀ ਪ੍ਰਗਿਆ ਦੀ ਜ਼ਬਾਨੀ ਚਰਚਾ ਹੈ ਹਰਿਆਣੇ ਦੀ, ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ ਗਾਂ ਦਾ ਪਿਸ਼ਾਬ ਪੀਣਾ ਜਾਣੀ ਗੱਠੇ ਦੀ ਬਿਮਾਰੀ ਨੂੰ ਸੱਦਾ ਦੇਣਾ। ਟੱਕਰ ਜੀ ਹੋਊਗੀ ਹੁਣ ਜਿੱਥੋਂ ਤੱਕ ਸਾਧਵੀ ਜਿਹੜੀ ਪ੍ਰਗਿਆ ਦਾ ਸਵਾਲ ਹੈ ਜੀ, ਇੱਕ ਪਾਸੇ ਉਹ ਕਹਿੰਦੀ ਹੈ ਕਿ ਤੁਸੀਂ ਗਾਂ ਦਾ ਪਿਸ਼ਾਬ ਪੀਓ, ਗਾਂ ਕਿਹੜੀ ਹੋਵੇ, ਗਾਂ ਦੇਸੀ ਹੋਵੇ ਤੇ ਜੰਗਲ 'ਚ ਚਰਨ ਵਾਲੀ ਹੋਵੇ, ਉਹਦਾ ਪਿਸ਼ਾਬ ਲਿਆ ਤੇ ਉਹਨੂੰ ਕੱਪੜ ਛਣ ਘੱਟੋ ਘੱਟ ਇੱਕ ਦਰਜਨ ਵਾਰੀ 12 ਤੋਂ ਲੈ ਕੇ 16 ਵਾਰੀ ਨੂੰ ਕੱਪੜ ਛਣ ਚੰਗੀ ਤਰ੍ਹਾਂ ਕਰੋ ਖੱਦਰ ਮੋਟੇ ਖੱਦਰ ਦੇ ਵਿੱਚ, ਫਿਰ ਤੁਸੀਂ ਉਹਨੂੰ ਪੀਓ ਤੇ ਤੁਹਾਡੇ ਸਾਰੇ ਦੁੱਖ ਦਲਿੱਦਰ ਦੂਰ ਜਿਹੜੇ ਕਿ ਤੇ ਬੀਬੀ ਜੀ ਜਦੋਂ ਤੁਹਾਨੂੰ ਸਾਹ ਦੀ ਬਿਮਾਰੀ ਸੀ ਤੇ ਬਾਈ ਇਹ ਤੁਹਾਨੂੰ ਲੈ ਕੇ ਗਿਆ ਸੀ ਏਮਸ ਦੇ ਵਿੱਚ, ਉਦੋਂ ਤੁਸੀਂ ਆਪਣੇ ਸਾਹ ਨਹੀਂ ਕਿ ਇਹ ਵੀ ਗਊਤ ਰੱਖਣਾ ਸੀ ਉਦੋਂ ਤੁਸੀਂ ਆਪਣੇ, ਅੱਜ ਤੁਸੀਂ ਕਹਿੰਦੇ ਵੀ ਕਰੋਨਾ ਵਰਗੀ ਬਿਮਾਰੀ ਵੀ ਜਿਹੜੀ ਆ ਇਹ ਨਕਲ ਜੇਗੀ, ਜਦੋਂ ਹਿੰਮਤ ਕਰਕੇ ਦੀ ਮੌਤ ਹੋਈ ਤੇ ਤੁਸੀਂ ਕਹਿੰਦੇ ਜੀ ਮੇਰੇ ਸਰਾਪ ਨਾਲ ਮਰਿਆ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਉਹਨੂੰ ਮਾਫ਼ ਨਹੀਂ ਕਰੂੰਗਾ ਤੇ ਮਾਫ਼ ਕੀਤਾ ਸੀ, ਲੋਕ ਸਭਾ ਦੀ ਟਿਕਟ ਦਿੱਤੀ ਤੇ ਜਿਤਾ ਕੇ ਆਪਣੇ ਕੋਲ ਬਿਠਾ ਗਿਆ ਲੋਕ ਸਭਾ ਦੇ ਵਿੱਚ, ਇਹ ਮਾਫ਼ੀ ਦਿੱਤੀ। ਹੁਣ ਬੀਬੀ ਜੀ ਇਹ ਕਰੇ ਕਰੋਨਾ ਦਾ ਰਾਜ ਜਿਹੜਾ ਉਹ ਪਿਸ਼ਾਬ ਹੈਗਾ, ਤੇ ਬੀਬੀ ਜੀ ਕਿਉਂ ਨੀ ਮੋਦੀ ਸਾਹਿਬ ਨੂੰ ਫਿਰ ਕਹਿੰਦੇ ਜਾ ਕੇ ਵੀ ਤੁਸੀਂ ਆ ਜਿਹੜੀਆਂ ਕਾਢਾ ਕੱਢ ਰਹੇ ਹੋ ਆਪਣੇ ਵਿਗਿਆਨੀ ਨਾਲ, ਛੱਡੋ ਪਰ ਉਹਨਾਂ ਨੂੰ ਕਿਉਂ ਪਰੇਸ਼ਾਨ, ਗੋਲੀਆਂ ਦਵਾਈਆਂ ਮੰਗਾ ਰਹੇ ਹੋ ਤੁਸੀਂ, ਤੁਹਾਡੇ ਕੋਲ ਤਾਂ ਘੱਟ ਲਾ ਜਾਏਗਾ ਫ੍ਰੀ ਲਾ ਜਾਏਗਾ, ਬਿਲਕੁਲ ਪੈਸਾ ਵਰਤਣ ਦੀ ਲੋੜ ਹੀ ਨੀ, ਪੈਸਾ ਖਰਚਣ ਦੀ ਲੋੜ ਹੀ ਕੋਈ ਨੀ ਹੋਗੀ। ਵੈਸੇ ਵੀ ਤੁਹਾਨੂੰ ਪਤਾ ਜਿਹੜੇ ਬੀਜੇਪੀ ਵਾਲੇ ਉਹ ਕਹਿੰਦੇ ਬਈ ਜੀ ਗਊ ਗੋਬਰ ਦਾ ਜਿਹੜਾ ਤੁਸੀਂ ਆਪਣਾ ਪੂਰੀ ਤਰ੍ਹਾਂ ਜਿਹੜਾ ਲੇਪ ਕਰੋ ਸਰੀਰ ਦੇ ਉੱਤੇ, ਲੇਪ ਕਰਨ ਤੋਂ ਬਾਅਦ ਦੁੱਧ ਨਾਲ ਨਹਾਓ ਤੇ ਤੁਹਾਡੇ ਦੁੱਖ ਦੂਰ ਹੋ ਜਾਣਗੇ।
ਅਸੀਂ ਨੀ ਕਹਿੰਦੇ ਉਹ ਨਾ ਕਰਨ, ਜੀ ਸੱਚ ਕੇ ਕਰਨ, ਲੇਕਿਨ ਲੋਕਾਂ ਨੂੰ ਗੁੰਮਰਾਹ ਨਾ ਕਰਨ। ਉਹਨਾਂ ਕਰਨਾ ਕਰੀ ਜਾਏ, ਲੋਕਾਂ ਨੂੰ ਇਸ ਪਾਸੇ ਲਾ ਕੇ ਜਿਹੜਾ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਪੁੱਠੇ ਪਾਸੇ ਨਾ ਤੋਰਨ। ਹਰਿਆਣੇ ਦੀ ਬੀਬੀ ਗੁਰਦੇਵ ਕੌਰ ਲੋਕ ਪੰਚਾਇਤ ਨਾਂ ਦੀ ਸੰਸਥਾ ਚਲਾਉਂਦੀ ਆ, ਬੜੀ ਤਕੜੀ ਸੋਸ਼ਲ ਵਰਕਰ ਆ। ਉਹਨੇ ਚਾਵਲਾ ਸਾਹਿਬ ਉਹਨੇ ਮੈਨੂੰ ਫੋਨ ਤੇ ਗੱਲ ਦੱਸੀ, ਕਹਿਣ ਲੱਗੀ ਵੀ ਵੇਖੋ ਵੀਰ ਜੀ, ਮੈਂ ਸੰਸਥਾ ਚਲਾਉਂਦੀ, ਮੇਰਾ ਰਾਜ ਹਰ ਰੋਜ਼ ਵਾਹ ਜਿਹੜਾ ਕਈ ਮਰਦਾਂ ਨੂੰ ਤੇ ਕਈ ਔਰਤਾਂ ਦਾ ਸੀ। ਮੈਂ ਬਿਮਾਰ ਸੀ, ਮੈਨੂੰ ਕਿਸੇ ਨੇ ਕਹਿਤਾ ਘੀਰ ਨੇ ਵੀ ਤੁਸੀਂ ਜਿਹੜਾ ਗਊਮੂਤਰ ਪੀਓ ਤੇ ਇੱਕ ਜਿਹੜੀ ਸ਼ੀਸ਼ੀ ਆਉਂਦੀ ਨਾ ਉਹਦੀ ਆਪਣੇ ਦੀ ਪੰਤਾਜਲੀ ਦੀ, ਤੇ ਮੈਂ ਲੈ ਕੇ ਉਹ ਪੀਣੀ ਸ਼ੁਰੂ ਕਰ ਦਿੱਤੀ। ਤੇ ਉਹਦੇ ਨਾਲ ਮੈਨੂੰ ਗੈਂਠੀਆ ਰੋਣ ਲੱਗ ਗਿਆ ਵਾ। ਮੈਂ ਫਿਰ ਗਈ ਉਹਦੇ ਕੋਲ, ਕਹਿੰਦੇ ਜੀ ਕੱਪੜ ਛਾਣ ਕਰ ਲਓ, ਕੱਪੜ ਛਾਣ ਕਰਕੇ ਤੇ ਮੈਨੂੰ ਗੈਂਠਾ ਨੂੰ ਵਧੀਆ ਕੱਟਿਆ ਨੀ ਸਕੋ। ਤੇ ਜਿਹੜੀ ਬੋਤਲ ਚ ਪਿਆ ਸੀ ਉਹਦੇ ਵਿੱਚ ਕਿੰਨਾ ਕੁ ਮੈਲਾ ਥੱਲੇ ਜੰਮਿਆ ਝੁੱਗੇ ਵੇਖਿਆ ਤੇ ਮੈਨੂੰ ਵੇਖਣ ਨੂੰ ਜੀ ਨੀ ਸੀ ਕਰਦਾ। ਇਹ ਬੀਬੀ ਗੁਰਦੇਵ ਕੌਰ ਦਾ ਆਪਣਾ ਨਿੱਜੀ ਤਜਰਬਾ ਵਾ। ਵੈਸੇ ਵੀ ਜਿਹੜੀ ਵੇਸਟ ਹੁੰਦੀ ਆ ਜੀ, ਅਸੀਂ ਬਾਹਰ ਸੁੱਟਦੇ ਹਾਂ, ਵੇਸਟ ਦੀ ਇਸ ਤਰ੍ਹਾਂ ਵਰਤੋਂ ਨਹੀਂ ਕਰਦੇ। ਜੇ ਕਰ ਰਹੀ ਤਾਂ ਉਹਦਾ ਤਰੀਕਾ ਵਾ, ਕਿਉਂਕਿ ਜੇ ਗਊ ਦਾ ਫੋਸ ਅਸੀਂ ਕਰਦੇ ਹਾਂ ਜਿਹੜਾ ਉਹਦਾ ਉਹ ਵਰਤਦੇ ਆ, ਤੇ ਉਹਨੂੰ ਪਕਾ ਕੇ ਤੇ ਉਹਦੀ ਪਾਥੀਆਂ ਬਣਾਉਂਦੇ ਹਾਂ, ਅੱਗ ਬਾਲ ਕੇ ਉਹਦੀ ਅਸੀਂ, ਉਹ ਤਾਂ ਚਲੋ ਕੰਮ ਆ ਗਈ ਸਾਡੇ ਅੱਗ ਬਾਲਣ ਦੇ। ਲੇਕਿਨ ਆਹ ਜਿਹੜਾ ਗਊ ਮੂਤਰ ਕਹਿ ਕੇ ਭਾਈ ਤੁਸੀਂ ਇਹ ਪੀਓ ਤੇ ਬਾਕੀ ਕੋਈ ਲੋੜ ਨੀ, ਕੋਈ ਦਵਾਈ ਖਾਣ ਦੀ ਕੋਈ ਖਾਣ ਦੀ ਦਵਾਈ ਨੀ ਹੁੰਦੀ। ਤੇ ਗੁਜਰਾਤ ਦੇ ਵਿੱਚ ਕਿੰਨੇ ਲੋਕ ਮਰ ਗਏ ਨੇ ਇਸ ਵੇਲੇ। ਆਪਾਂ ਉਸ ਦਿਨ ਗੱਲ ਵੀ ਕੀਤੀ ਵੀ ਸਰਕਾਰੀ ਅੰਕੜਾ 1700 ਦਾ ਤੇ ਮਰੇ 17000 ਨੇ ਉੱਥੇ। ਸਭ ਤੋਂ ਮੰਦੀ ਹਾਲਤ ਗੁਜਰਾਤ ਦੇ ਵਿੱਚ ਆ, ਤੇ ਇਸ ਕਰਕੇ ਬੀਬੀ ਨੂੰ ਚਾਹੀਦਾ ਜਾ ਕੇ ਉੱਥੇ ਕੈਂਪ ਲਾਵੇ, ਲੋਕਾਂ ਨੂੰ ਇਲਾਜ ਦੱਸੇ ਤੇ ਆਪਣਾ ਇਲਾਜ ਵੀ ਆ ਕੇ। ਤੁਹਾਨੂੰ ਬੀਬੀ ਜੀ ਸਾਹ ਦੀ ਬਿਮਾਰੀ ਅੱਜ ਮਿਲੀ, ਤੁਸੀਂ ਇਲਾਜ ਕਿਉਂ ਨੀ ਕਰਦੇ ਗਊਮੂਤਰ ਨਾਲ? ਇਸ ਕਰਕੇ ਅਸੀਂ ਇਹ ਗੱਲ ਕਵਾਂਗੇ, ਜਿਹੜੇ ਇਹੋ ਜਿਹੇ ਬੰਦੇ ਗੁਮਰਾਹ ਕਰਦੇ, ਜੇ ਕੋਈ ਹੋਰ ਬੰਦਾ ਹੁੰਦਾ ਤੇ ਉਹਨੂੰ ਤੇ ਪਰਚਾ ਆਇਆ ਹੋਣਾ ਸੀਗਾ। ਬਿਲਕੁਲ, ਦੇਸ਼ ਧਰੋਹ ਦਾ। ਦਿੱਲੀ ਦੇ ਵਿੱਚ ਕੀ ਕਿਹਾ ਉਹਨਾਂ ਨੇ? ਪੋਸਟਰ ਲਾਏ, ਪੋਸਟਰ ਕੀ ਲਾਏ ਵੀ ਮੋਦੀ ਜੀ ਸਾਨੂੰ ਇਹ ਦੱਸਿਆ ਜਾਵੇ ਵੀ ਜਦੋਂ ਸਾਡੇ ਇੱਥੇ ਬਿਮਾਰੀ ਸੀ, ਸਾਡੀਆਂ ਦਵਾਈਆਂ ਵਿਦੇਸ਼ਾਂ 'ਚ ਕਿਉਂ ਭੇਜੀਏਗੀ? 27 ਬੰਦੇ ਉਹ ਜਿਹੜੇ ਪੋਸਟਰ ਲਾਉਣ ਵਾਲੇ ਸੀਗੇ, ਉਹ ਗਰੀਬ ਬੰਦੇ ਜਿਹਨਾਂ ਨੂੰ ਦਿਹਾੜੀ ਨੀ ਮਿਲੀ ਤੇ ਕਹਿੰਦੇ ਚਲੋ ਪੋਸਟਰ ਹੀ ਲਾ ਦਿਓ, ਦਿਹਾੜੀ ਇੱਥੋਂ ਮਿਲ ਜੂਗੀ। ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਕਰਕੇ ਜਿਲ੍ਹਾ ਸੁਰੱਖਿਆ ਕਰ ਗਏ। ਕਿੱਦਾਂ ਦਾ ਇਨਸਾਫ਼? ਜਿਹੜੀ ਬੀਬੀ ਪ੍ਰਗਿਆ ਵਾ ਇਹ ਜੋ ਕਹਿ ਰਹੀ ਆ, ਉਧਰ ਵੀ ਧਿਆਨ ਕਰੋ, ਤੁਹਾਨੂੰ ਪਤਾ ਇੱਕ ਸਾਧ ਵੀ ਨਿਰੰਜਨ ਵੀ ਹੈਗੀ। ਕੀ ਕਿਹਾ ਸੀ ਉਹਨੇ ਦਿੱਲੀ ਦੇ ਵਿੱਚ? ਉਹਨੇ ਕਿਹਾ ਜਿਹੜੇ ਭਾਜਪਾ ਨੂੰ ਵੋਟ ਪਾਉਣਗੇ ਉਹ ਰਾਮਜਾਦੇ, ਤੇ ਬਾਕੀ ਰਾਮਜਾਦੇ ਕਿੱਥੋਂ ਤੱਕ ਗੱਲ ਕਹੀ ਸੀ ਕਿ ਬੱਚਾ ਦਰਜ ਕੀਤਾ, ਕਿਸੇ ਨੇ ਕੋਈ ਨੋਟਿਸ ਲਿਆ? ਕੀ ਗੱਲ ਇਹ ਸਾਧ ਸਾਧਵੀ ਜਿਹੜੇ ਇਹਦੇ ਵਿੱਚ ਇਹੋ ਕੁਛ ਕੰਮ ਕਰਦੇ ਜਿਹੜੇ? ਇਸ ਕਰਕੇ ਬੀਬੀ ਨੂੰ ਨੱਥ ਪਾਉਣੀ ਚਾਹੀਦੀ ਆ, ਬੀਬੀ ਨੂੰ ਮੋਦੀ ਸਾਹਿਬ ਨੂੰ ਸਮਝਾਉਣਾ ਚਾਹੀਦਾ, ਬੀਬੀ ਇਹ ਕੰਮ ਨਾ ਕਰ, ਅੱਗੇ ਲੋਕ ਬੜੇ ਦੁਖੀ ਨੇ, ਪਿੰਡਾਂ ਤੱਕ ਕੋਰੋਨਾ ਪੋਜ਼ਿਟਿਵ, ਅਗਲੀ ਖਬਰ ਚ ਗੱਲ ਕਰਾਂਗੇ। ਹਾਲਤ ਕਿੰਨੀ ਮਾੜੀ ਹੋ ਗਈ ਜੀ 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 ਜੀ। ਜੇਕਰ ਕੋਈ ਇਹ ਪੁੱਛਦਾ ਸਰਕਾਰ ਦੇ ਕੋਲੋਂ ਆਪਣੇ ਹੱਕਾਂ ਵਾਸਤੇ, ਦੇਸ਼ ਦੇ ਲੋਕਾਂ ਵਾਸਤੇ, ਕਿ ਕਰੋਨਾ ਜੇਕਰ ਦੇਸ਼ ਦੇ ਵਿੱਚ ਫੈਲ ਰਿਹਾ ਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੈਕਸੀਨ ਭੇਜੀ ਆ, ਤੇ ਉਹ ਪੋਸਟਰ ਲਾਉਣ ਵਾਲੇ ਦਿਹਾੜੀਦਾਰ ਬੰਦਿਆਂ ਨੂੰ ਉਹਨਾਂ ਤੇ ਕੇਸ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ। ਯੂਪੀ ਦਾ MLA ਕਹਿੰਦਾ ਹੈ ਕਿ ਜੇ ਮੈਂ ਕੁਝ ਬੋਲਿਆ ਤੇ ਮੇਰੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਵੇਗਾ, ਮੈਨੂੰ ਠੋਕ ਦਿੱਤਾ ਜਾਵੇਗਾ। ਹਾਕੀ ਦਾ ਇੱਕ ਨਾਮਵਰ ਖਿਡਾਰੀ ਹੈ ਪ੍ਰਗਟ ਸਿੰਘ, ਉਹ ਕਹਿੰਦਾ ਕਿ ਜੇ ਮੈਂ ਕੁਛ ਬੋਲਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਇਸ ਵਕਤ ਕੇਸ ਚੱਲ ਰਿਹਾ ਜਿਹਦੇ ਬਾਰੇ ਬਰਗਾੜੀ ਕਾਂਡ ਆ ਜਾਂ ਤੁਸੀਂ ਦੂਜਾ ਕਾਂਡ ਲਾ ਲਓ, ਜੇ ਉਹਦੇ ਮੈਂ ਖੁਲਾਸੇ ਕੀਤੇ, ਜੇ ਕੁਛ ਬੋਲਿਆ ਤੇ ਤੇਰਾ ਹਾਲ ਬੁਰਾ ਹੋਊਗਾ। ਜਿਹਨੇ ਫੋਨ ਕਰਨ ਦਾ ਨਾਂ ਲਿਆ ਉਹ ਕਹਿੰਦਾ ਮੈਂ ਫੋਨ ਨਹੀਂ ਕੀਤਾ, ਚਰਚਾ ਦੇਖੋ। ਨਵਜੋਤ ਸਿੱਧੂ ਮਾੜਾ ਜਿਹਾ ਬੋਲਿਆ ਤੇ ਉਹਦੇ ਖਿਲਾਫ਼ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਤੇ ਜੇ ਜਿਹੜੀ ਸਾਧਵੀ ਦੀ ਤੁਸੀਂ ਗੱਲ ਕੀਤੀ ਹੈ ਕਿ ਜੇ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ ਫਿਰ ਤਾਂ ਤੁਸੀਂ ਆਪਣੇ ਸਕੇ ਪਿਓ ਦੇ ਹੋ, ਫਿਰ ਤੁਹਾਡੇ ਤੇ ਕੋਈ ਉਂਗਲ ਨਹੀਂ ਠਾ ਸਕਦਾ। ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਗੱਲ ਇਹ ਆ ਕਿ ਤੁਸੀਂ ਜੇ ਭਾਜਪਾ ਨੂੰ ਵੋਟ ਦਿੰਦੇ ਹੋ ਤੇ ਤੁਹਾਡੇ ਉੱਤੇ ਕੋਈ ਉਂਗਲ ਨਹੀਂ ਠਾ ਸਕਦਾ, ਵੀ ਤੁਹਾਡੀ ਮਾਂ ਨਾਲ ਕੋਈ ਹੋਰ ਨਹੀਂ ਸੁੱਤਾ, ਸਾਰੇ ਭਾਰਤੀਆਂ ਲਈ ਆ।
ਕਿ ਤੁਹਾਡੀ ਮਾਂ ਨਾਲ ਕੋਈ ਹੋਰ ਨਹੀਂ ਸੁੱਤਾ, ਤੁਸੀਂ ਭਾਜਪਾ ਨੂੰ ਵੋਟ ਪਾਈ ਹੈ, ਜੇ ਭਾਜਪਾ ਨੂੰ ਨਹੀਂ ਵੋਟ ਪਾਈ ਤੁਸੀਂ ਆਪਣੇ ਪਿਓ ਦੇ ਨਹੀਂ, ਤੁਸੀਂ ਹਰਾਮ ਦੇ ਹੋ ਜੇ ਤੁਸੀਂ ਰਾਮ ਨੂੰ ਵੋਟ ਨਹੀਂ। ਦੇਖੋ ਕਿੱਡਾ ਵੱਡਾ ਇੱਕ ਬਹੁਤ ਵੱਡਾ ਐਲੀਗੇਸ਼ਨ ਹੈ ਤੁਹਾਡੀ ਸੋਚ ਦੇ ਉੱਤੇ ਕਿ ਤੁਸੀਂ ਦੂਜੀ ਸੋਚ ਨਹੀਂ ਸੋਚ ਸਕਦੇ। ਸਿਰਫ ਅਤੇ ਸਿਰਫ ਸੋਚ ਕੀ ਸੋਚਣੀ ਹੈ? ਰਾਮਜਾਦੇ ਅਤੇ ਤੁਸੀਂ ਰਾਮਜਾਦੇ। ਵਾਹ ਜੀ ਕਿਆ ਬਾਤ। ਆਓ ਇਸ ਲੜਾਈ ਦੇ ਵਿੱਚ ਅੱਗੇ ਵੱਧਦੇ ਹਾਂ। ਕਰੋਨਾ ਦੀ ਇਸ ਮਹਾਂਮਾਰੀ ਜੰਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਰੋਨਾ ਮਰੀਜ਼ਾਂ ਦਾ ਸੰਸਕਾਰ ਕਰਨ ਵਾਲੇ ਜੋਤਜੀਤ ਸਿੰਘ। ਕਰੋਨਾ ਨੂੰ ਮਾਤ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਜੋਤਜੀਤ ਸਿੰਘ ਜਤਿੰਦਰ ਸਿੰਘ ਸ਼ੰਤੀ ਦਾ ਬੇਟਾ ਹੈ ਜੀ 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 ਜੀ, ਜਿਹੜਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਵਾ ਉਹ ਕਰੋਨਾ ਦੀਆਂ ਲਾਸ਼ਾਂ ਥਾਣੇ ਤੇ ਲੱਗਾ ਹੋਇਆ। ਕਈ ਉਹਨਾਂ ਕੋਲ ਐਂਬੂਲੈਂਸ ਆ ਤੇ ਈਵਨ ਇੱਥੇ ਜਤਿੰਦਰ ਸਿੰਘ ਸ਼ੰਤੀ ਉਹ ਘਰ ਨੀ ਆਉਂਦੇ। ਉਹ ਜਿੱਥੇ ਸ਼ਮਸ਼ਾਨ ਕਦ ਉੱਥੇ ਇੱਕ ਛੋਟਾ ਜਿਹਾ ਕਮਰਾ ਪਾਇਆ ਤੰਬੂ ਟਾਈਪ ਜਿਹੜਾ ਬਣਾਇਆ ਉਹਨੂੰ, ਉੱਥੇ ਰਾਤ ਨੂੰ ਸੌ ਜਾਂਦੇ। ਕਿੱਡੀ ਤਗੜੀ ਦੇਣ ਪਾਉਂਦੇ ਨੇ ਉੱਥੇ ਕਿਵੇਂ ਉੱਥੇ ਆ ਜਾਂਦੇ। ਉਹਨਾਂ ਦਾ ਬੇਟਾ ਜੋਤਜੀਤ ਸਿੰਘ ਵਿਦੇਸ਼ ਤੋਂ ਪੜ੍ਹ ਕੇ ਆਇਆ ਇਸ ਵੇਲੇ ਮੇਰਾ ਦੇਸ਼ ਤੇ ਖਤਰਾ ਵਾ ਕਰੋਨੇ ਦਾ ਤੇ ਮੈਂ ਨੌਕਰੀ ਬਾਅਦ ਚ ਕਰ ਲੂੰਗਾ, ਪਹਿਲਾਂ ਮੈਂ ਲੋਕਾਂ ਦੀ ਸੇਵਾ ਕਰਾਂ, ਮੇਰਾ ਬਾਪ ਕਰ ਰਿਹਾ। ਸ਼ੰਤੀ ਨੂੰ ਪਦਮ ਸ਼੍ਰੀ ਮਿਲ ਚੁੱਕਾ ਵਾ, ਜਦੋਂ ਪਦਮ ਸ਼੍ਰੀ ਮਿਲ ਚੁੱਕਾ ਸੀ ਉਹ ਬੰਦ ਵੀ ਕਰ ਸਕਦਾ ਸੀ, ਮੈਨੂੰ ਪਦਮ ਸ਼੍ਰੀ ਮਿਲ ਗਿਆ ਹੁਣ ਮੈਂ ਗਾਹ ਕੀ ਲੈਣਾ, ਲੇਕਿਨ ਨਹੀਂ, ਉਹਨੇ ਕਿਹਾ ਮੇਰੀ ਸੇਵਾ ਜਿਹੜੀ ਮੈਨੂੰ ਮਿਲੀ ਮੈਂ ਸੇਵਾ ਕਰੀ ਜਾਣੀ ਹੈ, ਪਦਮ ਸ਼੍ਰੀ ਮਿਲਣ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਸ਼ੰਤੀ ਆਪ 15 ਦਿਨ ਸੀ ਉਹ ਬੈਡ ਤੇ ਰਿਹਾ ਜੀ, ਲੇਕਿਨ ਖੁਸ਼ਕਿਸਮਤ ਦਾ ਉਹ ਵੀ ਕੁਰਨ ਨੂੰ ਹਾਰ ਕੇ ਮੁੜ ਮੈਦਾਨੇ ਜੰਗ ਪਾ ਗਿਆ ਤੇ ਫਿਰ ਉਹਨੇ ਉਹੀ ਆਪਣੀ ਐਂਬੂਲੈਂਸ ਫਾ ਲਈ ਤੇ ਫਿਰ ਸੰਸਕਾਰ ਕਰ ਸ਼ੁਰੂ ਕਰ। ਅੱਜ ਵੀ ਲੋਕ ਕਹਿੰਦਾ ਸਾਨੂੰ ਫੋਨ ਕਰਦੇ ਕਿ ਸਾਡੀ ਫਲਾਣੀ ਜਗ੍ਹਾ ਲਾਸ਼ ਪਈ ਹੈ ਜੀ, ਸੰਸਕਾਰ ਕਰ ਦਿਓਗੇ? ਤੁਸੀਂ ਚੁੱਕ ਕੇ ਲੈ ਕੇ ਅਸੀਂ ਕਹਿੰਦੇ ਕਿੱਟ ਪਾ ਦੇ ਤੁਸੀਂ ਆ ਜਾਓ ਸੰਸਕਾਰ ਕਰ ਲਓ, ਉਹ ਕਿੱਟ ਪਾ ਕੇ ਲੱਗ ਜਾਓ ਤਿਆਰ ਨਹੀਂ। ਲੇਕਿਨ ਇਹ ਇਹਨਾਂ ਦਾ ਬੇਟਾ ਸ਼ੰਤੀ ਦੋਵੇਂ ਜਿਹੜੇ ਸੀ ਸੰਸਕਾਰ ਕਰਦੇ ਸੀ, ਜੋਤਜੀਤ ਸਿੰਘ ਮੇਰੇ ਖਿਆਲ ਸ਼ਾਇਦ ਦੂਸਰੀ ਵੀ ਕਰਾਉਣਾ ਹੋਇਆ ਦੂਸਰੀ। ਲੇਕਿਨ ਮੈਂ ਇਹਨਾਂ ਦੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਉਹਨਾਂ ਦੇ ਦਇਆ ਵਾ ਪਰਿਵਾਰ ਤੇ ਦਿੱਤੇ ਤੇ ਉਹ ਫਿਰ ਇੱਕ ਵਾਰੀ ਕਰੋਨੇ ਨੂੰ ਰਾ ਕੇ ਫਿਰ ਮੈਦਾਨ ਚ ਆ ਗਏ ਤੇ ਕਹਿੰਦਾ ਮੈਂ ਫਿਰ ਸੇਵਾ ਉਹੀ ਕਰੂੰਗਾ, ਕਰੋਨਾ ਦੇ ਮਰੀਜ਼ ਜਿਹੜੀਆਂ ਲਾਸ਼ਾਂ ਨਾ ਰੋਲ ਨਹੀਂ ਦੇਵਾਂਗੇ ਅਸੀਂ ਉਹਨਾਂ ਨੂੰ। ਪੱਟੀ ਸਾਹਿਬ ਸ਼ੰਟੀ ਸਾਹਿਬ ਨਾਲ ਪਿਛਲੇ ਸਾਲ ਜਦੋਂ ਸ਼ੁਰੂਆਤ ਹੋਈ ਸੀ ਦਿੱਲੀ ਦੇ ਵਿੱਚ ਹਨਾ, ਜਦੋਂ ਮਾਂ ਬੱਚੇ ਨਹੀਂ ਸੰਭਾਲ ਰਹੀ ਸੀਗੀ ਤੇ ਵੱਡੇ ਵੱਡੇ ਤਨਾਡਾਂ ਦੇ ਧੀਆਂ ਪੁੱਤ ਆਪਣੇ ਜਿਨ੍ਹਾਂ ਨੇ ਸਾਰੀ ਉਮਰ ਪਤਾ ਨਹੀਂ ਠੱਗੀ ਠੋਰੀ ਕਰਕੇ, ਜਿਵੇਂ ਆ ਸਾਡੇ ਅਕਿਰਤ ਘਨ ਜਿਹੜੇ ਨੇ ਨਿੱਜੀ ਹੋਸਪਿਟਲਾਂ ਵਾਲੇ ਗਰਕੇ ਹੋਏ ਡਾਕਟਰ, ਹਾਂਜੀ ਆਪਣੇ ਧੀਆਂ ਪੁੱਤਾਂ ਵਾਸਤੇ ਧਨ ਦੌਲਤ ਇਕੱਠੀ ਕਰ ਰਹੇ ਨੇ, ਉਹਨਾਂ ਲਾਂਤੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ, ਮੈਸੇਜ ਪਹੁੰਚਾ ਦਿਓ ਜੇ ਕਿਸੇ ਨੇ ਪਹੁੰਚਾਉਣਾ ਹੋਵੇ, ਉਹ ਅਕਿਰਤ ਘਨੋ ਉਹ ਇਨਸਾਨੀਅਤ ਦੇ ਦੁਸ਼ਮਣ ਨਾ ਬਣੋ, ਲੱਖ ਲਾਂਤ ਤੁਹਾਡੀ ਸੋਚ ਦੇ ਮੁਰਦਿਆਂ ਨੂੰ ਲਾ ਕੇ ਵੈਂਟੀਲੇਟਰ ਦੇ ਤੁਸੀਂ ਪੈਸੇ ਬਥੇਰੇ ਬਟੋਰ ਲਏ, ਤੁਹਾਡੇ ਵਿੱਚੋਂ ਕਿੰਨੇ ਤੁਰ ਗਏ ਪਹਿਲੀ 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 ਲਹਿਰ ਦੇ ਵਿੱਚ, ਆ ਹੁਣ ਵੀ ਤੁਹਾਡੇ ਵਿੱਚੋਂ 200-300 ਡਾਕਟਰ ਤੁਰ ਗਿਆ। ਇਹ ਆ ਅਸਲੀ ਸਮਾਜ ਦੇ ਦੁਸ਼ਮਣ ਜਿਨ੍ਹਾਂ ਨੇ ਸਿਰਫ ਤੇ ਸਿਰਫ ਵਾਈਟ ਕੱਪੜੇ ਪਾਏ ਡਾਕਟਰ ਡਾਕਟਰੀਆਂ ਦੇਖਦੇ ਨੇ। ਪਰ ਮਾਫ ਕਰਨਾ, ਉਹਨਾਂ ਦੇ ਕਰਿੰਦਿਆਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਤਾਂ ਜੋ ਹੁਕਮ ਹੈ ਧਨਾਡਾਂ ਦਾ ਉਹਨਾਂ ਦੀ ਸ਼ਹਿ ਤੇ ਚੱਲਦੇ ਨੇ, ਜੋ ਉਹਨਾਂ ਨੂੰ ਪਰਚੀ ਬਣਾਉਣ ਦਾ ਹੁਕਮ ਆ ਉਹਨਾਂ ਨੇ ਉਹੋ ਜਿਹੀ ਬਣਾਉਣੀ ਹੈ। ਉਹ ਲਾਂਤੀਓ ਸ਼ਰਮ ਕਰੋ, ਡੁੱਬ ਮਰੋ ਹੋਏ, ਤੁਸੀਂ ਲੋਕਾਂ ਨੂੰ ਲੁੱਟਣ 'ਤੇ ਲਾਇਆ ਵਾ, ਖਾਸ ਤੌਰ 'ਤੇ ਨਿੱਜੀ ਹੋਸਪਿਟਲਾਂ ਦੀ ਜਿਹਨਾਂ ਦੀ ਅੱਜ ਚਰਚਾ ਵੀ ਹੋਈ ਹੈ ਪਹਿਲਾਂ, ਉਹਨਾਂ ਨੂੰ ਦੇ ਰਿਹਾ ਲਾਂਤ, ਉਹਨਾਂ ਨੂੰ ਭੇਜ ਰਿਹਾ ਲਾਂਤ, ਲੱਖ ਲਾਂਤਾਂ ਤੁਹਾਡੀਆਂ ਇਹੋ ਜਿਹੀਆਂ ਕਮਾਈਆਂ 'ਤੇ। ਤੁਸੀਂ ਸੋਚਦੇ ਹੋ ਤੁਸੀਂ ਅਮਰ ਹੋ, ਇਸ ਬੰਦੇ ਨੇ ਉਸ ਵਕਤ ਵੀ ਧਨਾਡਾਂ ਦੀਆਂ ਲਾਸ਼ਾਂ ਚੁੱਕੀਆਂ। ਅੱਜ ਤੋਂ ਸਾਲ ਪਹਿਲਾਂ ਆਪਾਂ ਇੰਟਰਵਿਊ ਕੀਤੀ ਸੀ ਪੱਟੀ ਸਾਹਿਬ, ਬਿਲਕੁਲ ਜੀ ਬਿਲਕੁਲ ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਕਿ ਤੁਹਾਡੇ ਵਰਗੇ ਧਨਾੜ ਜਿਨ੍ਹਾਂ ਨੇ ਪਤਾ ਨਹੀਂ ਦਿੱਲੀ ਦੇ ਵਿੱਚ ਰਹਿ ਕੇ ਕਿਵੇਂ ਕਿਸ ਤਰੀਕੇ ਨਾਲ ਪੈਸਾ ਜੋੜਿਆ ਸੀ, ਉਹਨਾਂ ਨੂੰ ਵੀ ਕਿਸੇ ਨੇ ਨਹੀਂ ਚੁੱਕਿਆ ਸੀ ਅਤੇ ਇਸ ਸਰਦਾਰ ਨੇ ਚੁੱਕ ਕੇ ਉਹਨਾਂ ਦਾ ਸੰਸਕਾਰ ਕੀਤਾ ਸੀ। ਇਹ ਆ ਗੁਰੂ ਦਾ ਸਿੱਖ, ਸਿੱਖੋ ਕੁਝ ਅਤੇ ਤੁਸੀਂ ਸਿਰਫ ਲੋਕਾਂ ਨੂੰ ਲੁੱਟਣ 'ਤੇ ਅਤੇ ਕੁੱਟਣ 'ਤੇ ਅਤੇ ਲਤਾੜਨ 'ਤੇ, ਲੱਖ ਲਾਂਤਾਂ ਤੁਹਾਡੀਆਂ ਇਹੋ ਜਿਹੀਆਂ ਡਿਗਰੀਆਂ ਦੇ, ਪਰ ਇਹਨਾਂ ਦਾ ਵੀ ਕਸੂਰ ਕੋਈ ਨਹੀਂ ਆ। ਇਹਨਾਂ ਨੂੰ ਜਦੋਂ ਐਡਮਿਸ਼ਨ ਮਿਲੀ ਹੋਣੀ ਹੈ ਇਹਨਾਂ ਨੇ ਉਹਨਾਂ ਲੱਖਾਂ ਕਰੋੜਾਂ ਨੂੰ
ਦਿੱਤਾ ਹੋਣਾ ਲੱਖਾਂ ਕਰੋੜਾਂ ਐਡਮਿਸ਼ਨ ਲੈਣ ਵਾਸਤੇ। ਚਲੋ ਚੜ੍ਹਦੀ ਕਲਾ 'ਚ ਰਹੇ ਜੀ ਦੋਵੇਂ ਪਿਓ ਪੁੱਤਾਂ ਦੀ ਇਹ ਟੀਮ ਪਰਿਵਾਰ, ਇਹਨਾਂ ਦੇ ਮੋਮ ਡੈਡ ਨੂੰ ਵੀ, ਮੋਮ ਨੂੰ ਵੀ ਅਸੀਂ ਘਰ ਦੇ ਵਿੱਚ ਵੀ ਗਿਆ ਸੀ ਤੁਹਾਨੂੰ ਸ਼ਾਇਦ, ਬਿਲਕੁਲ ਜਾਤ ਨੂੰ ਹੋਇਆ, ਭਰਾ ਨੂੰ ਹੋਇਆ, ਸਾਡੀ ਚੜ੍ਹੀ ਦੀ ਜਿਹੜੀ ਸੀ ਉਹ ਇੱਕ ਰਿਪਾ ਕੇ ਸੀ ਲੰਮੇ, ਲੇਕਿਨ ਉਹਨਾਂ ਨੇ ਆਪਣਾ ਕੰਮ ਨਹੀਂ ਛੱਡਿਆ, ਕੰਮ ਜਾਰੀ ਰਿਹਾ ਉਹਨਾਂ ਦਾ। ਚਲੋ ਈਵਨ ਉਹਦੇ ਵਿੱਚ ਛੰਟੀ ਹੋਰੀ ਜਿਹਦੀ ਬਿਮਾਰ ਸੀ ਉਦੋਂ ਵੀ ਫੋਨ ਆਫ ਨਹੀਂ ਕੀਤਾ, ਜਿਹੜੇ ਆਪਣੇ ਸਾਥੀ ਸੀ ਉਹਨੂੰ ਕਹਿਣਾ ਵੀ ਫਲਾਣਾ ਫੋਨ ਆਇਆ, ਇਹ ਨੰਬਰ ਤੋਂ ਇਹਨਾਂ ਕੰਟੈਕਟ ਕਰੋ, ਇਹਨਾਂ ਦੀ ਲਾਸ਼ ਫਲਾਣੀ ਜਗ੍ਹਾ ਪਈ, ਚੁੱਕ ਕੇ ਸਤਿਕਾਰ ਕਰੋ। ਫਿਰ ਇੱਥੋਂ ਤੱਕ ਚਾਵਲਾ ਸਾਹਿਬ ਜੇ ਕਿਸੇ ਕੋਲ ਪੈਸੇ ਲਾਸ਼ ਦੇ ਕੱਫਣ ਜੋਗੇ ਨੀ, ਕੱਫਣੇ ਕੋਲੋਂ ਪਾਇਆ ਉਹਨਾਂ, ਕੱਫਣੇ ਵੀ ਕੋਲੋਂ ਪਾਇਆ, ਲੱਕੜਾਂ ਵੀ ਕੋਲੋਂ ਖਰਚ ਕੀਤੇ ਹੋਏ ਪੈਸੇ ਕੁਝ ਕੀਤਾ ਵਾ, ਉਹ ਬੰਦਾ ਇਹਨੂੰ ਕੀ ਕਰ ਲਿਓ। ਪੈਨਸ਼ਨ ਮਿਲ ਗਈ ਹੋਊਗੀ 50-60 ਹਜ਼ਾਰ ਰੁਪਈਆ, 1,00,000 ਰੁਪਈਆ, ਆਪਣਾ ਕੰਮ ਛੱਡ ਕੇ ਤੁਸੀਂ ਤੂੰ ਚਲੇ ਗਏ, ਜੇ ਕੋਈ ਕਹਿੰਦਾ ਤੁਹਾਡੀ ਸੇਵਾ ਕਰਨੀ ਉਹਨਾਂ ਬਸ ਜੀ, ਤੁਹਾਡਾ ਅਸ਼ੀਰਵਾਦ ਮਿਲ ਗਿਆ, ਬੜਾ ਕਾਫੀ ਹੋ ਗਿਆ ਸਾਨੂੰ। ਚਲੋ ਮਿਹਰਬਾਨੀ ਤੁਹਾਡਾ, ਧੰਨਵਾਦ ਇਹ ਵੀ ਦੱਸਣ ਵਾਸਤੇ ਵੀ ਸਾਬਕਾ ਐਮਐਲਏ ਨੇ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਨੇ ਸਰਦਾਰਾਂ ਦੀ ਜੋ ਕਦਰ ਪਾਈ ਆ ਉੱਥੇ, ਉਹ ਤੁਸੀਂ ਜਾਣਦੇ ਹੀ ਹੋ। ਇੱਕ ਤੁਰ ਗਿਆ ਵਿਚਾਰਾ ਬਿਨਾਂ, ਉਹਨੂੰ ਆਕਸੀਜਨ ਨਹੀਂ ਮਿਲੀ, ਅਤੇ ਉੱਥੇ ਇੱਕ ਲਾਂਤੀ ਕਹਿ ਰਿਹਾ ਸੀਗਾ ਕਿ ਇਹ 84 ਦੀ ਗੱਲ ਕਰਦਾ ਅਤੇ ਖਾਲਿਸਤਾਨੀ ਹੈ, ਜੇ 84 ਦੀ ਗੱਲ ਕਰਨਾ ਖਾਲਿਸਤਾਨੀ ਹੈ ਤਾਂ ਤੁਹਾਡਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਹਿ ਕੇ ਗਿਆ ਸੀਗਾ ਵੀ ਉਹ ਸਿੱਖ ਜੈਨੋਸਾਈਡ ਸੀਗਾ, ਸਿੱਖ ਜੈਨੋਸਾਈਡ ਸੀ, ਉਹ ਵੀ ਉਹ ਕਹਿ ਦੇਣ ਤਾਂ ਠੀਕ ਹੈ, ਜੇ ਕੋਈ ਉੱਥੋਂ ਬੈਠਾ ਸਿੱਖ ਹਾ ਦਾ ਨਾਰਾ ਮਾਰ ਦੇਵੇ ਤਾਂ ਉਹ ਖਾਲਿਸਤਾਨੀ, ਵੱਡੇ ਉਹ ਸੋਚ ਦੇ ਮਾਲਕ। ਚਲੋ ਥੋੜ੍ਹਾ ਜਿਹਾ ਹਟ ਕੇ ਗੱਲ ਆ ਕਿ ਮਜੀਠੀਆ ਨੇ ਕਿਹਾ ਕਿ ਕੁਰਸੀ ਦੀ ਲੜਾਈ ਵਿੱਚ ਫਸੇ ਕਾਂਗਰਸੀ, ਚੀਕੂ ਚੀਕੂ ਤੇ ਸੀਤਾ ਫਲ ਮਹਿੰਗਾ ਹੋ ਗਿਆ। ਬਿਲਕੁਲ ਜੀ, ਮਜੀਠੀਆ ਸਾਹਿਬ ਇਹ ਕਹਿੰਦੇ ਵੀ ਜਦੋਂ ਦਾ ਇਹ ਵਾਇਰਲ ਹੋਈ ਹੈ ਵੀਡੀਓ, ਉਦੋਂ ਦੇ ਚੀਕੂ ਫਲ ਮਹਿੰਗਾ ਹੋ ਗਿਆ, ਸੀਤਾ ਫਲ ਮਹਿੰਗਾ ਹੋ ਗਿਆ, ਠੀਕ ਉਹਨੇ ਕਿਤੇ ਭਾਊ ਜੀ ਖਰੀਦਣ ਤੇ ਨੀ ਗਏ ਆਪ, ਕਿਤੇ ਵੀ ਬੰਦੇ ਨੇ ਭੇਜਿਆ ਹੋਇਆ ਜਾਂ ਲੈ ਕੇ ਆ, ਪਤਾ ਨੀ ਇਹਦੇ ਚ ਕੀ ਆ, ਪੋਸੀਬਿਲਟੀ ਹੈ ਜੀ, ਸਭ ਕੁਛ ਕਰ ਸਕਦੇ ਨੇ। ਕੀਤੀ ਲੇਕਿਨ ਉਹ ਕੀ ਕਹਿੰਦੇ ਆ, ਮੇਨ ਮਕਸਦ ਕੀ ਸੀ ਉਹਨਾਂ ਦਾ, ਉਹ ਕਹਿੰਦੇ ਵੀ ਸਾਨੂੰ ਅਜੇ ਬਾਦਲ ਪਰਿਵਾਰ ਨੂੰ ਇੰਨੇ ਜੇ ਸਿੱਟ ਬਣੀ ਆ, ਕਮਿਸ਼ਨ ਬਣਿਆ, ਕਿਸੇ ਵੀ ਕਮਿਸ਼ਨ ਨੇ ਕਿਸੇ ਵੀ ਸਿੱਟ ਨੇ ਜਿਹੜੀ ਬਹਿਬਲ ਕਲਾ ਕਾਂਡ ਜਾਂ ਕੋਟਪੂਰਾ ਕਾਂਡ ਜਾਂ ਬਰਗਾੜੀ ਕਾਂਡ ਦੋਸ਼ੀ ਨਹੀਂ ਠਹਿਰਾਇਆ, ਤੇ ਸਿੱਧੂ ਕਾਹਦਾ ਪ੍ਰਚਾਰ ਕਰ ਰਿਹਾ ਫਿਰ ਸਾਡੇ ਖਿਲਾਫ, ਇਹ ਦੋਸ਼ੀ ਨੇ, ਇਹ ਦੋਸ਼ੀ ਨੇ, ਦੋਸ਼ੀ ਨੇ, ਕਹਿੰਦੇ ਸੀ ਹਾਈਕੋਰਟ ਜਾਵਾਂਗੇ ਜਦੋਂ ਇਹਨੇ ਬੰਦ ਕੀਤਾ। ਉਹ ਭਾਈ ਇਹ ਕੰਧ ਤੇ ਲਿਖਿਆ ਸੱਚ ਹੈ ਵੀ ਸਰਕਾਰ ਤੁਹਾਡੀ ਜੀ, ਤੁਹਾਡੀ ਸਰਕਾਰ ਤੋਂ ਪਰ ਏਡੀਆਂ ਵੱਡੀਆਂ ਘਟਨਾਵਾਂ ਵਾਪਰ ਕਿਵੇਂ ਗਈਆਂ। ਵੀਰ ਦਵਿੰਦਰ ਨੇ ਬਰਗਾੜੀ ਮੋਰਚੇ ਜਾ ਕੇ ਸਪੀਚ ਕੀਤੀ ਸੀ, 1.25 ਘੰਟਾ ਸਪੀਚ ਕੀਤੀ ਤੇ 1.25 ਘੰਟਾ ਸਪੀਚ ਕਰਦਿਆਂ ਕਰਦਿਆਂ ਮੇਰੇ ਖਿਆਲ ਨੂੰ ਵਿੱਚੋਂ ਅੱਧਾ ਅੰਦਰ ਹੁੰਦੇ ਨੇ, ਕਹਿੰਦਾ ਮੁੱਖ ਮੰਤਰੀ ਮੈਂ ਹੁੰਦਾ ਚੱਪੇ ਚੱਪੇ ਤੇ ਪੁਲਿਸ ਲਾ ਦਿੰਦਾ। ਮੈਂ ਦੱਸਦਾ ਵੀ ਗੁਰੂ ਸਾਹਿਬ ਦਾ ਜਿਹੜਾ ਸੀ ਉਹ ਸਰੂਪ ਕਿੱਥੇ ਗਿਆ, ਕਿਵੇਂ ਗਿਆ, ਕਿੱਥੇ ਕਿਵੇਂ ਖੜਿਆ। ਇੱਥੇ ਤੇ ਜਦੋਂ ਤਲਾਸ਼ੀ ਹੋਣ ਲੱਗੀ ਤੇ ਤਲਾਸ਼ੀ ਵੀ ਤੁਸੀਂ ਬੰਦ ਕਰਤੀ, ਦੋਸ਼ੀ ਤੁਸੀਂ ਕਿਵੇਂ ਨੀ, ਜੇ ਤੁਹਾਨੂੰ ਅਜੇ ਤੱਕ ਜਿਹੜੀ ਚਾਰਜਸ਼ੀਟ ਪੇਸ਼ ਹੋਈਆਂ ਸੀਗੀਆਂ ਨਹੀਂ ਦੋਸ਼ੀ ਠਹਿਰਾਇਆ ਗਿਆ, ਤੇ ਫਿਰ ਕੀ ਅਜੇ ਤੱਕ ਤਾਂ ਹੋਣੀਆਂ ਸੀਗੀਆਂ ਬਾਕੀ ਵੀ ਤੇ। ਹੁਣ ਉਹ ਕਹਿੰਦੇ ਜੀ ਸਿੱਧੂ ਬਾਰ ਬਾਰ ਕਹਿ ਰਿਹਾ ਜੀ ਇਹਨਾਂ ਲੜਾਈ ਆਪਸੀ ਆ, ਸਾਨੂੰ ਇਹਨੇ ਘਸੀਟੀ ਫਿਰ ਰਹੇ, ਆਪਸ ਵਿੱਚ ਲੜ ਜੋ ਮਰਜ਼ੀ ਗੱਲ, ਸਾਨੂੰ ਕਿਉਂ ਕਰ ਰਹੇ ਆ। ਬਸ ਅੱਜ ਦੀ ਡੇਟ ਦੇ ਵਿੱਚ ਜਿਹੜਾ ਤੁਹਾਡੇ ਆਪਣੇ ਆਪਣਾ ਰੰਧਾਵਾ ਸੁੱਖੀ ਰੰਧਾਵਾ ਵਾ, ਪ੍ਰਗਟ ਸਿੰਘ ਆ, ਚੰਨੀ ਆ, ਇਹ ਸਾਰੇ ਇਹ ਗੱਲ ਕਹਿੰਦੇ ਆ ਵੀ ਅਸੀਂ ਕੱਲ ਨੂੰ ਲੋਕਾਂ ਚ ਵੋਟਾਂ ਲੈਣ ਵਾਸਤੇ ਜਾਣਾ ਵਾ, ਕਿਹੜੇ ਮੂੰਹ ਨਾਲ ਜਾਣਾ, ਅਸੀਂ ਆਏ ਸੀ ਕਰਕੇ ਵੀ ਜਿਹਨੂੰ ਫੜ ਕੇ ਅੰਦਰ ਦੇਵਾਂਗੇ। ਕੈਪਟਨ ਸਾਹਿਬ ਇਹਨਾਂ ਸਟੇਜਾਂ ਤੋਂ ਕਹਿੰਦੇ ਰਹੇ ਮੇਰੇ ਕੋਲ ਸਾਰੇ ਸਬੂਤ ਹੈਗੇ, ਦੇਊਂਗਾ। ਥੋੜੇ ਦਿਨ ਦੀ ਗੱਲ ਆ, ਪਹਿਲਾਂ ਕਿਆ ਬਿਆਨ ਆਇਆ ਉਹਨਾਂ ਦਾ, ਹੁਣ ਕਹਿੰਦੇ ਜੱਟਾ ਸਿੰਘ ਕੀ ਗੱਲ, ਮੈਂ ਜੱਟਾ ਸਿੰਘ ਕਿਵੇਂ ਕਰਦੇ ਮੈਂ ਜੀ। ਚਲੋ ਕੰਧ ਤੇ ਲਿਖਿਆ ਵਾ ਵੀ ਤੁਸੀਂ ਦੋਸ਼ੀ ਹੋ, ਤੁਸੀਂ ਜਿਹੜੀ ਕਹਿਤਾ ਜੀ ਇਹ ਅਣਪਛਾਤੀ ਪੁਲਿਸ ਨੇ ਕਦੀ ਅਣਪਛਾਤੀ ਹੋਈ ਹੈ,
जे अणछाती पुलिस ताड़ी डेढ़ साल पौने तो सर सरकारी तुसी अंक जी कुछ फड़ी क्यों नहीं फिर लंबे क्यों नहीं जल्दी पुलिस वो किसे की चलेगी जी 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 इस करके मजीठिया साहब तुसी जी सदके एक गल कहो लेकिन कल ते लिखिया सच है कि तुसी दोषी हो ताड़ी सरकार दोषी ताड़े मंत्री सोते ताड़े संतरी सब दोषी जी चलो तुसी कटहरे विच खड़दे हो जी दोषी साबित करना कोर्ट का फर्ज है पर अणपछाती पुलिस तुहाडे राज दे विच वर्ल्ड वाइड मैं गिनीज बुक दे रिकॉर्ड हो सकता कि पंत रतन फकरे कौम पद्म भूषण किसाना दे मसीहा सरदार प्रकाश सिंह बादल दी होवे सरकार पंत दा होया होवे एडा वड्डा कान गुरु ग्रंथ साहिब दी होई होवे बेअदबी अद्धे पिंड दी होई होवे तलाशी अचानक फोन खड़के अगले घर दे विच हो सकता महाराज का स्वरूप वो जिहड़ा चैलेंज करके गुरु घर के दुखियां ने पंथ नू ललकारिया सी तुहाडी सरकार दे वेले कि तुहाडा गुरु साडे कोल है लभ सकदे हो ते लभ लो पोस्टर दी वर्डिंग याद है ते तुहाडे राज दे विच होई होवे तलाशी ते एक फोन आवे अखबार कहिंदी असीं नहीं कहिंदे ते उत्थे वेले तलाशी रुक जे पिंड दी इह किड्डा वड्डा सवाल है बाकी रही चीकू फल ते सीता फल महंगा होण दी वो तुसी जिधर नू इशारे कीते ने सारे ने सुन ले ने इस वेले चाचा ते भतीजा हम उम्र होंदे ने ते चाचे दियां भतीजा जानदा हुंदा ते भतीजे दियां चाचा जानदा हुंदा रलियां मिलियां हां जी चीकू ते सीता फल महंगा हो गया ये क्या सीगा जी मजीठिया साहब ने तुसी सुन लिया इधर लाइना फ्लैश हो रही ने कॉल लै लैने वेलकम जी स्वागत है सत श्री अकाल छोटे पर गए अपने अंदोलन च ओ नी कोई स्पीच कर दे कदे सुने दूसरा ए भी मिसेज खालड़ा ओदे बारे दस्यो भी ओ भी गए ओदी भी नी स्पीच सुनी ओदे बारे दस्यो थैंक यू जेडी गल सच्चा सिंह छुबी खालड़ा जाके आई है बकायदा तौर ते स्टेज ते बोल के आई है और कही है भी साडी सपोर्ट फुल बड़ा फुल दी किसान अंदोलन जी नाल खड़े जेडी सानू सेवा लोगे सी कर ले तैयार इस करके बीबी खालड़ा पिछे नहीं जो भी कोई मोर्चा लगता बीबी खालड़ा अपनी जिम्मेवारी बात खूबी निभा जथेबंदी भी बंदे बड़े तेज तरह से अपनी खाब जी बड़ी जिम्मेवारी कोई बखूबी निभा सुचा सिंह छोटे बारे जी जानकारी गल की गए नहीं पता कर लवेंगे भी कितने ने इस वे किए नहीं क्यों नहीं गए जी पता कर लवेंगे अज पता कर लवेंगे जी लो जी अगली कार हेलो अशांति दा बेटा जेड़ा अशांति आम आदमी पार्टी दा नहीं अकाली दल बादल दी टिकट ते एमएलए बनया सी क्योंकि जदों एमएलए बनया सी उस वेले आम आदमी पार्टी बनी भी नहीं सी दोस्तों सानू लगदा कि असीं ऑफिस पोलिटिशियन नहीं देना तो सोचा सिंह छोटेपुर जाके कि जाऊगा तुझे आपे सोचो जे जाना चाहूंगा भी तम नहीं स्टेज से जान देना कुछ गए भी ने चलो हाजरी भरन भी गए ने कुछ वीर जी मैं एक बेनती कर लगा हरदेव सिंह अरसी की गल जेड़ा सी ओ सियासी आगू नहीं हां जे हरदेव सिंह अरसी नु बोलन दिता जा सकदा बाद ते फिर ओनु कोई बोलन दिता जा सकदा ए दा सवाल किसानां नु करो ना जी सब तो वैसे किनारा कर चुके तो किसी पार्टी च है ही नहीं के अच्छा अच्छा जी 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 वेखो किसी पार्टी च है कि कोई सरगर्मी वेखी हो ना तुसी लेकिन ओ किसान जरूर ने किसानों के हमदर्द जरूर ने इस करके जे हरदेव सिंह अरसी वर्गे बंदे से जा सकते होर भी कई लीडर जाके बोल सकते फिर क्यों नहीं हाँ जी बिल्कुल 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 पट्टी साहब मैं अजे होर भी नौ दो चार नाम गिणा सकदा जिहड़े उत्थे स्टेज ते बोले ने साडे कॉलर सत्कारयोग ने पर बई ख्याल रख्या करना चाहिए सानू इस मंच दे उत्ते कि जे सुचा सिंह छोटेपुर तां किसे पार्टी च नहीं
ਛੱਡੀ ਹੋਈ ਹੈ ਉਹਨਾਂ ਨੇ, ਨਾ ਆਮ ਆਦਮੀ ਪਾਰਟੀ ਨੇ ਮਤਲਬ, ਨਾ ਕਾਂਗਰਸ, ਨਾ ਅਕਾਲੀ, ਨਾ ਕੋਈ। ਹਾਂ ਉਹ ਹਲਕੇ ਦੇ ਕਿਸਾਨ ਵੀ ਹੋ ਸਕਦੇ ਨੇ, ਹਲਕੇ ਦੇ ਲੀਡਰ ਵੀ ਹੋ ਸਕਦੇ ਨੇ, ਬਾਕੀ ਬੋਲ ਸਕਦੇ ਨੇ, ਤੇ ਕਿਉਂ ਨਹੀਂ ਬੋਲ ਸਕਦੇ ਕਿ ਨਹੀਂ? ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਮਮਤਾ ਨਾਲ ਪੰਗਾ ਮੋਦੀ ਤੇ ਸ਼ਾਹ ਨੂੰ ਪੈ ਸਕਦਾ ਮਹਿੰਗਾ, ਸੀਬੀਆਈ ਦੀ ਕਾਰਵਾਈ ਬਣਨ ਤੇ ਲੱਗੀ ਚਰਚਾ ਦਾ ਵਿਸ਼ਾ। ਜੀ ਜੀ ਜੀ, ਜਿਹੜੀ ਮਮਤਾ ਬੀਬੀ ਹੈ ਜੀ, ਮਮਤਾ ਬੀਬੀ ਨੇ ਇੱਕ ਸਾਬਤ ਕਰਦਾ ਕਿ ਬੀਬੀਆਂ ਵਾਕਈ ਤੁਹਾਡਾ ਮੁਕਾਬਲਾ ਕਰ ਸਕਦੀਆਂ। ਕਿੰਨੀ ਚੰਗੀ ਗੱਲ ਹੁੰਦੀ ਸੀ ਜੇ ਬੀਬੀ ਮੁੱਖ ਮੰਤਰੀ ਬਣ ਗਈ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਆਪ ਇੱਛਾ ਪ੍ਰਗਟ ਕਰਦੇ, ਬੀਬੀ ਜੀ ਤੁਹਾਨੂੰ ਸੋਚ ਕੋਲ ਮੈਂ ਆਪ ਹੋਣਾ, ਤੁਸੀਂ ਬੜੀ ਬਹਾਦਰੀ ਨਾਲ ਲੜੇ ਹੋ, ਕਦੀ ਤਾਰੀਫ ਵੀ ਕਰਦੇ ਤੇ ਇਹਨਾਂ ਦਾ ਮਾਣ ਵੱਧਦਾ। ਲੇਕਿਨ ਇਹ ਲੱਗੇ ਰਹੇ, ਉਹ ਦੀਦੀ ਗਈ ਬਿਲਕੁਲ ਨਹੀਂ, ਤੁਸੀਂ ਨਾ ਘੇੜ ਕੀਤੇ, ਉਹ ਬੀਬੀ ਆ ਗਈ ਫਿਰ ਬਹਿ ਗਈ, ਆ ਕੇ ਸੀਬੀਆਈ ਦਫ਼ਤਰ ਦੱਸੋ ਜੀ ਕਸੂਰਬੰਦਾਂ ਦਾ ਕੀ ਆ। ਚਲੋ ਉਹਨਾਂ ਕਰਪਸ਼ਨ ਕੀਤੀ, ਤੁਸੀਂ ਕਹਿਤਾ ਕਰਪਸ਼ਨ ਕੀਤੀ, ਨਾਰਦਾ ਚੰਦਰ ਨੇ ਆਪਰੇਸ਼ਨ ਕੀਤਾ 2014 ਚ, ਠੀਕ ਆ, ਉਹਨੇ ਕਹਿਤਾ ਵੀ ਇੰਨੇ ਪੈਸੇ ਦਿੱਤੇ ਸੀ। ਉਹ ਮੈਥਿਊ ਸੈਮੂਅਲ ਕੱਢ ਕਹਿ ਰਿਹਾ ਸੀ ਕਿ ਮੈਂ ਜਿਹੜਾ ਇਹਨਾਂ ਹੈਗਾ ਮੁਕਲ ਰਾਜ ਨੂੰ ਆਪ 5,80,000 ਦੇ ਕੇ ਆਇਆ ਇਹਨੂੰ, ਮੈਂ ਉਹਨੂੰ ਕੁਝ ਫੜਿਆ, ਕਿਉਂਕਿ ਉਹ ਭਾਜਪਾ ਦੀ ਮਸ਼ੀਨ ਚ ਪੈ ਕੇ ਨਾ ਹੁਣ ਵਾਸ਼ ਹੋ ਕੇ ਬਾਹਰ ਆ ਗਿਆ, ਤੋ ਭਾਜਪਾ ਦਾ ਆਗੂ ਬਣ ਕੇ ਨੀ ਫੜਿਆ ਉਹਨੂੰ। ਸੁਖਿੰਦੂ ਅਧਿਕਾਰੀ ਨੂੰ ਕੁਝ ਨੀ ਫੜਿਆ, ਕਿਉਂ ਉਹ ਵੀ ਉਸੇ ਮਸ਼ੀਨ ਦੇ ਵਿੱਚ ਜਿਹੜਾ ਉਹ ਲਾਜ ਚੁੱਕਾ। ਜਾਂ ਤੇ ਤੁਸੀਂ ਬਿਲਕੁਲ ਕਰੋ ਵੀ ਨਹੀਂ ਜੀ, ਕਿਸੇ ਨੂੰ ਨੀ ਬਖਸ਼ਿਆ ਜਾਊਗਾ, ਜਿਹੜਾ ਵੀ ਦੋਸ਼ੀ ਉਹਦੀ ਬਾਕੀ ਤੁਸੀਂ ਚਾਰ ਫੜ ਲਏ, ਇਹਨਾਂ ਨੂੰ ਬਖਸ਼ਤਾ ਕਿਹਨੂੰ ਫੜੀ ਨੀ ਤੁਸੀਂ? ਬਸ ਬਸ, ਹੁਣ ਇਹਦੇ ਵਿੱਚ ਬੀਬੀ ਮਮਤਾ ਜਿਹੜੀ ਕੁਝ ਖੱਟ ਗਈ, ਹਮਦਰਦੀ ਲੋਕਾਂ ਨਾਲ ਬੀਬੀ ਨਾਲ ਚੱਲੇਗੀ, ਬਾਕੀ ਪਾਰਟੀਆਂ ਨਹੀਂ ਚੱਲੇਗੀ। ਹੁਣ ਬੀਬੀ ਅੱਗੇ ਤੇ ਭਾਵੇਂ ਚੱਕ ਕਰਕੇ ਬੈਠਦੀ, ਹੁਣ ਮੋਦੀ ਦੀ ਕੁਰਸੀ ਲਾਉਣ ਦੇ ਵਾਸਤੇ ਉਹ ਪੂਰਾ ਜ਼ੋਰ ਲਾਏਗੀ, ਆਪਣੇ ਜੋ ਕਰਨਾ ਕਰਨਾ। ਲੇਕਿਨ ਇਹ ਦੱਸਦਿਆਂ ਬੰਗਾਲ ਦੇ ਲੋਕੀ ਪੰਜਾਬ ਦੇ ਲੋਕਾਂ ਵੱਲੋਂ ਅਣਖੀ ਵੀ ਹੁੰਦੇ ਤੇ ਇਨਕਲਾਬੀ ਵੀ ਹੁੰਦੇ ਆ। ਚਲੋ ਵੱਧ ਸੋਚਣ ਦੀ, ਵੱਧ ਪ੍ਰਦੇਸ਼ ਵਾਂਗ ਅਸੀਂ ਉੱਥੇ ਵੀ ਜਿਹੜੇ ਸੀ ਬੰਦੇ ਤੋੜ ਕੇ ਆਪਣੀ ਸਰਕਾਰ ਬਣਾ ਲਾਂਗੇ। ਮੋਦੀ ਸਾਹਿਬ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਗੇ, ਇਹ ਲੋਕਾਂ ਦੀ ਸੋਚ ਹੈ, ਵਿਚਾਰ ਹੈ, ਚਰਚਾ ਛਿੜੀ ਹੋਈ ਹੈ, ਸਮਾਂ ਅਜੇ ਬੜਾ ਪਿਆ ਹੋਇਆ, ਸਮਾਂ ਬਹੁਤ ਪਿਆ ਹੋਇਆ। ਜੇ ਕਿਉਂਕਿ ਭਵਨ ਬਣਨ ਵਾਲਾ ਉਡਣ ਖਟੋਲਾ ਵੱਡਾ ਲੈ ਲਿਆ, ਬਾਕੀ ਸਭ ਕੁਝ ਹੋ ਗਿਆ, ਅਜੇ ਸਮਾਂ ਵੇਖੋ, ਤੇਲ ਵੇਖੋ, ਤੇਲ ਦੀ ਧਾਰ ਵੇਖੋ, ਕਿਉਂਕਿ ਜਿਹੜਾ ਮਹਿਲ ਬਣ ਰਿਹਾ ਉਹਦਾ ਉਦਘਾਟਨ ਵੀ ਤਾਂ ਕਰਨਾ ਨਾ, ਕਰਵਾਉਣਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਆਉਣੇ ਨੇ। ਹਾਂਜੀ, ਅਤੇ ਜੇ ਅਸੀਂ ਸਮੇਂ ਤੋਂ ਪਹਿਲਾਂ ਕੁਝ ਬੋਲਾਂਗੇ ਤਾਂ ਕੁਝ ਹੋਰ ਹੋ ਸਕਦਾ ਕਿ ਸ਼ਾਇਦ ਸ਼ਿਕਵਾ ਸ਼ਿਕਾਇਤ ਆਵੇ, ਪਰ ਦੇਖੋ ਤੇਲ ਤੇਲ ਦੀ ਧਾਰ ਵੇਖੋ। ਰਾਜਨੀਤੀ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ। ਹਾਂਜੀ, ਅਤੇ ਇੰਨਾ ਹੀ ਕਹਿ ਸਕਦੇ ਹਾਂ ਕਿ ਚੜ੍ਹਦੀ ਕਲਾ 'ਚ ਰਹੋ ਜੀ ਸਾਰੇ, ਆਪਾਂ ਫਤਿਹ ਬੁਲਾਈਏ, ਫਿਰ ਸਮਾਂ ਸਾਡਾ ਹੋ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਹੋਈਆਂ ਭੁਲਾ ਚੁੱਕਾਂ ਦੀ ਮਾਫ਼ੀ, ਇਹ ਸਨ ਸਰਦਾਰ ਜਸਬੀਰ ਸਿੰਘ ਪੱਟੀ, ਸਵੇਰੇ 9 ਵਜੇ ਫਿਰ ਇਸੇ ਹੀ ਚੈਨਲ 'ਤੇ ਕੁਝ ਘੰਟੇ ਆਰਾਮ ਕਰਨ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਗੁੱਡ ਨਾਈਟ, ਰੱਬ ਰਾਖਾ, ਸਤਿ ਸ਼੍ਰੀ ਅਕਾਲ। ਡਰਨਾ ਨਹੀਂ, ਡਰਾਉਣਾ ਨਹੀਂ, ਭੈ ਕਾਹੂ ਕੋ ਦੇਤ ਨਹਿ, ਨਹਿ ਪਹਿ ਮਾਨ ਤਾਂ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।